ਬੱਚੇ ਦੀ ਮਾਰ ਕੁਟਾਈ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਕੀਤੀ ਵਾਇਰਲ, ਮਾਮਲਾ ਦਰਜ। 13 ਸਾਲ ਦੇ ਬੱਚੇ ਨੇ ਢਿੱਡ ਦੀ ਭੁੱਖ ਮਿਟਾਉਣ ਲਈ ਥੋੜ੍ਹਾ ਜਿਹਾ ਅਨਾਜ ਕੀ ਚੁਰਾਇਆ। ਅਨਾਜ ਮਾਲਿਕ ਨੇ ਉਸ ਬੱਚੇ ਨੂੰ ਫੜ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬੜੀ ਬੇਰਹਿਮੀ ਨਾਲ ਮਾਰ ਕੁਟਾਈ ਕੀਤੀ ਅਤੇ ਉਸਦੇ ਸਾਥੀਆਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਕਰ ਦਿੱਤੀ। ਦੋਸ਼ੀਆਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪਿਛਲੇ ਦਿਨ ਇੱਕ 13 ਸਾਲ ਦੇ ਬੱਚੇ ਦੀ ਬੁਰੀ ਤਰ੍ਹਾਂ ਨਾਲ ਮਾਰਕੁੱਟ ਦੀ ਵੀਡੀਓ ਵਾਇਰਲ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਇੱਕ ਮਾਸੂਮ ਬੱਚੇ ਦੀ ਬੁਰੀ ਤਰ੍ਹਾਂ ਨਾਲ ਬੇਰਹਿਮੀ ਨਾਲ ਮਾਰ ਕੁੱਟ ਕੀਤੀ ਜਾ ਰਹੀ ਹੈ ਅਤੇ ਉਸਦੇ ਦੂਜੇ ਸਾਥੀ ਉਸਨੂੰ ਮਾਰਕੁੱਟ ਦੀ ਵੀਡੀਓ ਵੀ ਬਣਾ ਰਹੇ ਹਨ। ਆਓ ਜੀ ਵੇਖਦੇ ਹਾਂ ਉਸ ਵੀਡੀਓ ਨੂੰ ਜਿਸ ਵਿੱਚ ਉਹ ਮਾਸੂਮ ਬੱਚਾ ਮਾਰ ਖਾਧੀ ਜਾ ਰਿਹਾ ਹੈ ਅਤੇ ਮਾਰਨ ਵਾਲੇ ਨੂੰ ਇੱਕ ਵਾਰ ਵੀ ਤਰਸ ਨਹੀਂ ਆਇਆ। ਬੱਚਾ ਕੁੱਟ ਖਾਂਦਾ ਜਾ ਰਿਹਾ ਹੈ ਅਤੇ ਹੱਥ ਜੋੜ ਕੇ ਆਪਣੀ ਜਾਨ ਬਚਾਉਣ ਲਈ ਮਿੰਨਤਾਂ ਕਰ ਰਿਹਾ ਹੈ, ਆਪਣੀ ਮਾਂ ਨੂੰ ਸੱਦ ਰਿਹਾ ਹੈ, ਪਰ ਇਹ ਜਲਾਦ ਲੋਕ ਉਸ ਬੱਚੇ ਨੂੰ ਬੇਰਹਿਮੀ ਨਾਲ ਥੱਪੜ ਅਤੇ ਚੱਪਲਾਂ ਨਾਲ ਮਾਰਦੇ ਜਾ ਰਹੇ ਹਨ। ਜਦੋਂ ਅਸੀਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਅਸੀਂ ਉਸ ਪਿੰਡ ਤੱਕ ਪੁੱਜੇ। ਇਹ ਘਟਨਾ ਬਰਨਾਲਾ ਦੇ ਪਿੰਡ ਧੌਲਾ ਦੀ ਹੈ। ਇੱਥੇ ਇੱਕ ਗਰੀਬ ਪਰਿਵਾਰ ਦੇ ਬੱਚੇ ਨੇ ਆਪਣੇ ਢਿੱਡ ਦੀ ਭੁੱਖ ਮਿਟਾਉਣ ਲਈ ਕਿਸੇ ਕਿਸਾਨ ਦੇ ਕਣਕ ਦੇ ਢੇਰ ਵਿੱਚੋਂ ਕੁਝ ਕਣਕ ਚੁੱਕ ਕੇ ਵੇਚ ਦਿੱਤੀ, ਪਰ ਇਸ ਬੱਚੇ ਨੂੰ ਇਹ ਨਹੀਂ ਪਤਾ ਸੀ ਕਿ ਇਸ ਕੰਮ ਦੀ ਉਸਨੂੰ ਇੰਨੀ ਵੱਡੀ ਸਜ਼ਾ ਮਿਲੇਗੀ। ਜੇਕਰ ਅਸੀਂ ਇਨਸਾਨੀਅਤ ਦੀ ਗੱਲ ਕਰੀਏ ਜਾਂ ਫਿਰ ਕਾਨੂੰਨ ਦੀ ਗੱਲ ਕਰੀਏ ਤਾਂ ਜੇਕਰ ਉਸ ਬੱਚੇ ਨੇ ਕੁਝ ਗਲਤ ਕੀਤਾ ਵੀ ਹੈ ਤਾਂ ਉਸਦੀ ਰਿਪੋਰਟ ਕਰਦੇ ਜਾਂ ਉਹਨਾਂ ਦੇ ਮਾਤਾ ਪਿਤਾ ਨੂੰ ਸ਼ਿਕਾਇਤ ਕਰਦੇ, ਪਰ ਅਜਿਹਾ ਨਹੀਂ ਹੋਇਆ। ਉਸ ਛੋਟੀ ਚੋਰੀ ਦੇ ਲਈ ਉਸ ਬੱਚੇ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ, ਪਰ ਅੱਜ ਜਦੋਂ ਪ੍ਰੈਸ ਨੇ ਇਸ ਮਾਮਲੇ ਨੂੰ ਚੁੱਕਿਆ ਤਾਂ ਪ੍ਰਸ਼ਾਸਨ ਹਰਕਤ ਵਿੱਚ ਆਇਆ। ਇਸ ਦੇ ਚੱਲਦੇ ਅੱਜ ਬਰਨਾਲਾ ਦੇ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਦੀ ਪੂਰੀ ਟੀਮ ਸਹਿਤ CJM ਰੁਪਿੰਦਰ ਸਿੰਘ ਸਪੈਸ਼ਲ ਧੌਲਾ ਪਿੰਡ ਜਾ ਕੇ ਉਸ ਗਰੀਬ ਪਰਿਵਾਰ ਅਤੇ ਪੀੜਤ ਬੱਚੇ ਦਾ ਹਾਲ ਚਾਲ ਜਾਣਨਗੇ ਅਤੇ ਪ੍ਰੈਸ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਇਹ ਘਟਨਾ ਬਹੁਤ ਹੀ ਦਰਦਨਾਕ ਅਤੇ ਦੁਖਦਾਈ ਹੈ। ਇਹ ਬਹੁਤ ਗਰੀਬ ਪਰਿਵਾਰ ਹੈ ਅਤੇ ਜਿਸ ਬੱਚੇ ਦੀ ਮਾਰ ਕੁਟਾਈ ਹੋਈ ਹੈ ਉਹ ਬਹੁਤ ਛੋਟੀ ਉਮਰ ਦਾ ਹੈ ਅਤੇ ਦੂਜਾ ਦਿਮਾਗ ਤੋਂ ਵੀ ਕੁਝ ਮੰਦਬੁੱਧੀ ਹੈ, ਅਤੇ ਜਿਨ੍ਹਾਂ ਨੇ ਇਸ ਹਰਕਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੈ। ਮਿਤੀ 11/5/2019 ਨੂੰ ਇੱਕ ਬੱਚਾ ਜਿਸ ਦਾ ਨਾਮ ਗੁਰਵਿੰਦਰ ਸਿੰਘ ਉਰਫ ਬਿੰਦਰ ਹੈ, ਜੋ ਕਿ ਪਿੰਡ ਧੌਲਾ ਦਾ ਰਹਿਣ ਵਾਲਾ ਹੈ, ਉਸਦੀ ਇੱਕ ਕੁੱਟਮਾਰ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਦੇ ਰਿਗਾਰਡਿੰਗ ਜਦ ਵੀ ਸਾਨੂੰ ਸੂਚਨਾ ਮਿਲੀ, ਅਸੀਂ ਜ਼ਿਲ੍ਹਾ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਸ਼੍ਰੀ ਵਰਿੰਦਰ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੀ ਪੂਰੀ ਟੀਮ ਲੈ ਕੇ ਅਤੇ SHO PS ਰੂੜੇਕੇ ਕਲਾਂ ਨੂੰ ਨਾਲ ਲੈ ਕੇ ਅਸੀਂ ਪਿੰਡ ਧੌਲਾ ਪਹੁੰਚੇ, ਜਿੱਥੇ ਪੀੜਤ ਅਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਅਸੀਂ ਇਹ ਪਾਇਆ ਕਿ ਬੱਚੇ ਨੂੰ ਡਾਕਟਰੀ ਇਲਾਜ ਦੀ ਵੀ ਜ਼ਰੂਰਤ ਹੈ ਅਤੇ ਅਸੀਂ ਆਪਣੇ ਇੱਕ ਪੈਰਾਲੀਗਲ ਵਲੰਟੀਅਰ ਦੀ ਡਿਊਟੀ ਲਗਾਈ ਹੈ ਤਾਂ ਕਿ DLSA ਦੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੀ ਦੇਖ ਰੇਖ ਵਿੱਚ ਬੱਚੇ ਦਾ ਸਾਰਾ ਇਲਾਜ ਸਿਵਲ ਹੋਸਪਿਟਲ ਬਰਨਾਲਾ ਤੋਂ ਕਰਵਾਇਆ ਜਾ ਸਕੇ। ਬੱਚੇ ਦੀ ਉਮਰ 13-14 ਸਾਲ ਦੇ ਕਰੀਬ ਸੀ। ਬੱਚਾ ਥੋੜ੍ਹਾ ਜਿਹਾ ਲੱਗਦਾ ਸੀ ਵੀ ਦਿਮਾਗੀ ਰੂਪ ਦੇ ਵਿੱਚ ਕਮਜ਼ੋਰ ਲੱਗਦਾ ਸੀ। ਇਸ ਕੇਸ ਵਿੱਚ ਇਹ ਦੇਖਿਆ ਗਿਆ ਕਿ ਬੱਚੇ ਨੇ ਸਿਰਫ 2 ਕਿਲੋ ਸ਼ਾਇਦ ਕਣਕ ਚੋਰੀ ਕੀਤੀ ਸੀ ਅਤੇ ਉਸ ਦੇ ਪਿੱਛੇ ਬੱਚੇ ਨੂੰ ਇੰਨਾ ਜ਼ਿਆਦਾ ਬੁਰੀ ਤਰ੍ਹਾਂ ਬੇਰਹਿਮੀ ਨਾਲ ਕੁੱਟਿਆ ਗਿਆ। ਉਸ ਤੋਂ ਬਾਅਦ ਜਿਸ ਬੰਦੇ ਨੇ ਕੁੱਟਿਆ ਉਸਨੇ ਆਪਣੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ, ਜੋ ਕਿ ਬਿਲਕੁਲ ਹੀ ਗਲਤ ਹੈ ਅਤੇ ਅਜਿਹੇ ਲੋਕਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਜ਼ਰੂਰੀ ਹੈ। ਉਹ ਵੀਡੀਓ ਪਿੰਡ ਧੌਲਾ ਦੀ ਅਨਾਜ ਮੰਡੀ ਦੀ ਸੀ। ਉੱਥੋਂ ਜਗਸੀਰ ਸਿੰਘ ਨਾਂ ਦਾ ਵਿਅਕਤੀ ਸੀਗਾ ਜਿਹੜਾ ਇੱਕ ਬੱਚੇ ਨੂੰ, ਨਾਬਾਲਗ ਬੱਚੇ ਨੂੰ 12-13 ਸਾਲ ਦੇ ਨੂੰ ਬੜੀ ਬੁਰੀ ਤਰ੍ਹਾਂ ਕੁੱਟ ਰਿਹਾ ਸੀ। ਉਹ ਐਲੀਗੇਸ਼ਨ ਉਹਨੇ ਇਹ ਲਾਇਆ ਸੀ ਵੀ ਉਹਨੇ ਉਹਦੀ ਮੰਡੀ 'ਚੋਂ ਕਣਕ ਚੋਰੀ ਕਰ ਲਈ ਹੈ। ਹੁਣ ਜਗਸੀਰ ਸਿੰਘ ਦੇ ਖਿਲਾਫ਼ ਅਸੀਂ FIR ਦਰਜ ਕਰਤੀ ਹੈ, ਇਨਵੈਸਟੀਗੇਸ਼ਨ ਜਾਰੀ ਹੈ। 342, 323, 506 ਅਤੇ 75J ਐਕਟ।
ਜੁਵਨਾਈਲ ਜਸਟਿਸ ਐਕਟ। ਨਹੀਂ ਨਹੀਂ ਪੁਲਿਸ ਵੱਲੋਂ ਕੀਤੀ ਗਈ ਆ। ਉਹ ਜਿਹੜੇ ਹੈਗੇ ਸੀਗੇ ਉਹ ਬੱਚੇ ਦੇ ਵਾਰਸ ਸੀਗੇ ਜਿਹੜੇ, ਉਹ ਕਰਾਉਣ ਨੂੰ ਤਿਆਰ ਨਹੀਂ ਸੀਗੇ ਕਾਰਵਾਈ, ਅਸੀਂ ਆਪਣੇ ਤੌਰ 'ਤੇ ਕੀਤੀ ਹੈ।